ਅੱਜ ਫੇਰ ਬਾਈ ਭਰਤ ਪਾਣੀ ਦੀ ਸੇਵਾ ਚੱਲ ਰਹੀ ਆ ਸ਼ਿਵ ਜੀ ਦੇ ਮੰਦਿਰਾਂ ਬਾਈ ਤਾਂ ਮਿੱਟੀ ਭਰ ਰਹੀ ਆ। ਅੱਜ ਦੋ ਟਰੈਕਟਰਾਂ ਬਾਈ ਦੋਨੋਂ ਸੋਨਾ ਲਈ ਕਹਾ ਬਾਈ ਉਰਾ ਕੇ ਧੱਸ ਗਈ ਟਰਾਲੀ, ਮੈਂ ਥੋੜ੍ਹਾ ਲੇਟ ਆਇਆ ਕਿਉਂਕਿ ਰਸਤਾ ਥੋੜ੍ਹਾ ਤੁਹਾਨੂੰ ਪਤਾ ਹੀ ਆ ਕੱਚਾ ਪੱਕਾ ਰਸਤਾ ਬਾਈ। ਆਟਾ ਵੱਢ ਕੇ ਉੱਪਰੋਂ ਗਏ ਰਹੇ ਟਰਾਲੀ ਮਾਰ ਮਿੱਟੀ, ਕਹਿ ਰਹੇ ਕੋਈ ਜਾਣੀ ਚਾਹੀਦੀ ਵਾਪਸ ਨਹੀਂ ਜਾਣੀ, ਸਾਈਡਾਂ ਕਰ ਲੈ ਉੱਪਰੋਂ ਚੜ੍ਹਾ ਦੇ ਆਇਓ। ਪਿੱਛਾ ਕਰ ਰਿਹਾ ਰੇਤਾ ਯਾਰ, ਲਓ ਬਾਈ ਦੂਸਰਾ ਟਰੈਕਟਰ ਆ ਗਿਆ ਟੋਚਨ ਪਾ ਰਹੇ ਸਿੱਧੇ ਕਿਉਂਕਿ ਹਾਰਡ ਲੱਗ ਰਹੀ ਥੋੜ੍ਹੀ ਜਿਹੀ ਬਾਈ। ਬਣ ਗਿਆ ਕੰਮ, ਇੰਨਾ ਕੁ ਕੰਮ ਤਾਂ ਉਹੀ ਥੋੜੀ ਜਿਹੀ ਆੜ ਮੰਨ ਗਿਆ ਤਾਂ ਕਿਉਂਕਿ ਪਹਿਲਾਂ ਟਰੈਕਟਰ ਵੀ ਉਰੀ ਧਸਿਆ ਤਾ ਉਹ ਵੀ ਉਰੀ ਧਸੇਗਾ। ਅੱਗੇ ਬੰਦੇ ਜ਼ੋਰ ਲਾਉਣ ਗੁੱਡ ਗੀ ਟਰਾਲੀ ਦਾ ਗੁੱਡ ਗੀ ਥੋੜ੍ਹੀ ਜਿਹੀ ਆੜ ਵੱਧ ਲੱਗ ਗਈ ਬਾਈ ਟਰੈਕਟਰ ਨੂੰ, ਉਹੀ ਥੋੜ੍ਹੀ ਜਿਹੀ ਆੜ ਕਰਕੇ ਹੀ ਦੱਬ ਜਾ ਟਰੈਕਟਰ, ਹੋਰ ਤਾਂ ਕੁਛ ਨਹੀਂ ਬਾਈ।
ਮੁੰਡੇ ਨਾ ਰੇਸ ਜ਼ਿਆਦਾ ਦੇ ਰਹੇ ਹਾਂ, ਜਿਸ ਕਾਰਨ ਟਰੈਕਟਰ ਖੜਦੂ ਜ਼ਿਆਦਾ ਵੱਡਾ। ਬੰਦਿਆਂ ਦਾ ਸਹਾਰਾ ਹੋਆ ਬਿੱਲੇ, ਹਾਂ ਬਿੱਲੇ ਬਿੱਲਾ ਕਹਿੰਦਾ ਜ਼ੋਰ ਲਾਣੇ ਤੇ ਕਿਆ ਹੋਗਾ, ਮੈਂ ਆਡ ਹੋਵਾ ਥੋੜੀ ਜੀ ਆਣ ਹੋਵਾ ਤੇ ਉਹ ਚੀਜ਼ ਨੂੰ ਥੋੜ੍ਹਾ ਜਿਹਾ ਧੱਕੇ ਗੱਲ ਕੰਮ ਚੱਲ ਜਾ। ਲਓ ਮਿੱਤਰੋ, ਭਾਰਤ ਦਾ ਕੰਮ ਹਾਲੀ ਚੱਲੀ ਜਾ ਰਿਹਾ ਬਾਈ, ਕਿਉਂਕਿ ਭਾਰਤ ਵਾਲਾ ਕੰਮ ਥੋੜ੍ਹਾ ਲੰਬਾ ਬਾਈ, ਕਿਉਂਕਿ ਭਾਰਤ ਕਾਫੀ ਬਣਨਾ ਬਾਈ। ਜਿਹੜਾ ਆਪਣਾ ਮੰਦਰ ਬਣਾਗਾ ਉਹ ਘੱਟੋ ਘੱਟ ਪਹਿਲਾਂ ਤਾਂ ਉਹ ਵੀ ਨੀਵਾਂ ਦਾ ਥੋੜ੍ਹਾ ਸੜਕ ਦੇ ਕੁਛ ਮਿੱਤਰੋ 5 ਫੁੱਟ ਉੱਪਰ ਜਾ ਕੇ ਬਣਨਾ ਉਸਨੇ ਮੰਦਰ ਨੇ, ਤਾਂ ਉਸ ਵਾਸਤੇ ਮਿੱਟੀ ਲਈ ਕਾਫੀ ਚਾਹੀਦੀ ਆ। ਤਾਂ ਮੇਰੇ ਬਾਈ ਇੱਕ ਫੋਨ ਆ ਗਿਆ ਬਾਈ, ਆਪਣਾ ਪ੍ਰਾਹੁਣਾ ਆ ਰਿਹਾ ਇੱਕ ਬੂਆ ਦਾ ਮੁੰਡਾ ਬਾਈ, ਉਹ ਕਹਿੰਦਾ ਮੈਨੂੰ ਟੂਲ ਟੈਕਸ ਵਾ ਲੈਣ ਆ ਜੀ, ਉਹ ਬੱਸ ਮਾਰਿਆ ਹੋਣਾ ਬਾਅਦ ਚੱਲ ਕੋਈ ਨਾ ਮੈਂ ਲੈਣ ਆ ਜੂੰ ਬਾਈ। ਲਓ ਬਾਈ ਟੂਲ ਟੈਕਸ ਪਾ ਗਏ, ਇੱਕ ਅੱਧੇ ਮਿੰਟੋਂ ਆਉਣ ਵਾਲਾ ਹੋਣਾ। ਬਾਕੀ ਮੇਰੇ ਪਿੰਡ 'ਚ ਬਾਈ ਲੋਕੇਸ਼ਨ ਆ ਐਸੀ ਆ ਨਾ ਵੀ ਜਹਾਂ ਮਰਜ਼ੀ ਜਦੋਂ ਬੱਸ ਲੈ ਲਏ ਉਰੇ ਦੇ, ਔਰ ਜਹਾਂ ਮਰਜ਼ੀ ਦਾ ਬੰਦਾ ਆ ਰਿਹਾ ਚਾਹੇ ਜਾ ਰਿਹਾ ਬਾਈ, ਸਭ ਪੂਰਾ ਬੱਸਾਂ ਰੁਕਾ ਜਹਾਂ ਜੋ ਨਾ ਇੱਕ ਸਿਰਫ ਮੰਨ ਕੇ ਚਲੋ ਫੋਕਲ ਪੁਆਇੰਟ ਹੋ ਗਿਆ ਬਾਈ, ਉਰੇ ਦੇ ਮੁੰਬਈ ਗੁਜਰਾਤ ਮਹਾਰਾਸ਼ਟਰ ਯੂਪੀ ਬਿਹਾਰ ਜਹਾਂ ਮਰਜ਼ੀ ਕੀ ਬਾਈ, ਆਲ ਓਵਰ ਜਿੰਨੇ ਬੜੇ ਸ਼ਹਿਰ ਆ ਬਾਈ, ਜਹਾਂ ਮਰਜ਼ੀ ਕੀ ਜੋ ਮਰਜ਼ੀ ਬੱਸ ਲੈ ਲਏ ਬਾਈ, ਸਭ ਮਿਲਾ ਪੂਰਾ ਬਾਈ। ਕੁਛ ਨੈਸ਼ਨਲ ਹਾਈਵੇ ਇਸ ਤਰ੍ਹਾਂ ਬਣਾ ਦਈਏ ਬਾਈ, ਸਾਰੇ ਨਾ ਇੱਕ ਦੂਸਰੇ ਨਾਲ ਕਨੈਕਟਿੰਗ ਕਰ ਦਈਏ, ਤਾਂ ਉਰੇ ਦੇ ਬਾਈ ਮੈਨੂੰ ਮੈਂ ਕਹਿ ਰਿਹਾ ਵੀ ਕਹੀਂ ਵੀ ਜਾਣੇ ਕੀ ਦਿੱਕਤ ਨਹੀਂ ਆਉਂਦੀ, ਕੋਈ ਵੀ ਆਲਮੋਸਟ ਜਹਾਂ ਮਰਜ਼ੀ ਵੱਜਦਾ, ਇੰਨੀ ਲੋਕੇਸ਼ਨ ਆ ਪਿੰਡ ਆ ਮੇਰਾ, ਬਸ ਛੱਡ ਦੇ ਗੱਲਾਂ। ਇਹ ਟੂਲ ਟੈਕਸ ਮਿੱਤਰੋ ਪਹਿਲਾਂ ਨਾ ਆਪਣੇ ਪਿੰਡ ਕੇ ਬਿਲਕੁਲ ਨਜ਼ਦੀਕ ਤਾਂ ਆਇਓ, ਜਹਾਂ ਦੇ ਆਪਾਂ ਕੱਟ ਲਏ ਹੈ ਨਾ ਉਹ ਇੱਧਰ ਨੂੰ ਮੁੜ ਆਇਆ, ਜਹਾਂ ਦੇ ਅੰਮ੍ਰਿਤਸਰ ਵਾਲਾ ਰੋਡ ਆ ਰਿਹਾ ਇੱਧਰ ਅੰਬਾਲਾ ਲਿਖਿਆ ਹੋਇਆ ਵਾ, ਹਾਂ ਅਤੇ ਨਾ ਟੀ ਪੁਆਇੰਟ ਵਾ, ਪਹਿਲਾਂ ਟੀ ਪੁਆਇੰਟ ਵਾ ਦਾ ਟੂਲ ਟੈਕਸ, ਇਹ ਤਾਂ ਥੋੜ੍ਹੀ ਜਿਹੀ ਪਿੱਛਾ ਹੋ ਗਿਆ ਉਹ, ਹੋਇਆ ਕਿੰਨਾ 500 ਕੁ ਮੀਟਰ ਆਇਆ ਹਰਿਆਣੇ ਮੈਂ ਚਲਿਆ ਗਿਆ ਟੂਲ ਟੈਕਸ ਬਾਈ, ਪੰਜਾਬ ਮਾਂ ਰਿਹਾ ਆਇਓ, ਮੈਂ ਛੋਟੇ ਹੁੰਦਿਆਂ ਜਦ ਤਾਂ ਮੈਂ ਬਹੁਤ ਛੋਟਾ ਹੋ ਗਿਆ ਹੁੰਦਾ ਬਾਈ, ਜਦ ਬਸ ਸਿਰਫ ਇਹ ਤੋਂ ਫੋਰਮ ਹੈ ਬਣਾਉਣੇ ਪੈਣਾ ਪਾਸ ਬਣਾਉਣੇ ਪੈਣਾ, ਪਹਿਲਾਂ ਲੋਕ ਬਸ ਸਿਰਫ ਨਾਮ ਲੈਦੇ ਕਰਦੇ ਰਾਜਗੜ੍ਹ ਕੇ ਆ ਜੀ ਚੱਲਦੇ ਨਾਂ ਦੇ, ਫਿਰ ਜਿਹੜਾ ਆਇਆ ਤਾਂ ਬਾਈ ਵੋਟਰ ਕਾਰਡ ਦਿਖਾਉਣੇ ਗਏ, ਕਿਉਂਕਿ ਜਦ ਆਧਾਰ ਕਾਰਡ ਦਾ ਜ਼ਮਾਨਾ ਨਹੀਂ ਤਾਂ ਵੋਟਰ ਕਾਰਡ ਦਿਖਾਦੇ ਕਹਿੰਦੇ ਵੀ ਰਾਜਗੜ੍ਹ ਕੇ ਆ ਤਾਂ ਪੱਕਾ ਚੱਲ ਜਾਏਗਾ ਬਾਈ, ਤਾਂ ਰਜ ਕਾਰਡ ਵਧੀਆ ਤਾਂ ਇੱਕ ਤੋਂ ਚਲੋ ਹਰਿਆਣੇ ਬਾਅਦ ਇਨਕਾ ਟੈਵਾ ਮੁੱਕ ਗਿਆ, ਟਾਈਮ ਪੀਰੀਅਡ ਮੁੱਕ ਗਿਆ ਤਾਂ ਹਰਿਆਣੇ ਮੰਗ ਗਈ ਬਾਈ। ਬਾਕੀ ਵੀ 500 ਮੀਟਰ ਆ ਬਾਈ, ਆਪਾਂ ਨੂੰ ਰਾਤ ਨੂੰ ਚਾਹ ਅੱਧੀ ਰਾਤ ਨੂੰ ਬੱਸਾਂ ਚਲੋ ਰਹੀ ਦਿਨ ਰਾਤ ਬਾਈ, ਕਦੀ ਵੀ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ ਅੱਜ ਤੱਕ, ਨਹੀਂ ਲੋਕਾਂ ਨੂੰ ਪਹਿਲਾਂ ਬੱਸ ਸਟੈਂਡ ਪਰ ਜਾਣਾ ਪੜਾ ਜਾਂ ਦਿਨ ਬੱਸ ਮਿਲਦੀ, ਈਵਨ ਮੇਰੀ ਬੂਆ ਦਾ ਮੁੰਡਾ ਹੀ ਆ ਚੰਡੀਗੜ੍ਹ ਰਹਾਂ ਬਾਈ, ਚੰਡੀਗੜ੍ਹ ਮੇਨ ਸ਼ਹਿਰ ਮਾ ਰਹੇਗਾ ਵੀ ਇਹਨੂੰ ਬਾਈ ਹਰਿਆਣਾ ਰੋਡਵੇਜ ਲੈਣੀ ਆ, ਪੰਜਾਬ ਰੋਡਵੇਜ ਲੈਣੀ ਆ, ਤਾਂ ਇਹਨੂੰ 43 ਮੈਂ ਜਾਣਾ ਪੜਾ ਜਾਂ ਫਿਰ 17 ਕੀ ਬੱਸ ਸਟੈਂਡ ਮਾ ਇਨਕੇ ਪੰਗੇ ਆ, ਆਪਾਂ ਨੂੰ ਕਹੀਂ ਜਾਣਾ ਪੜਦਾ ਹਰਿਆਣੇ ਕੀ ਲਏ, ਪੰਜਾਬ ਕੀ ਲਏ, ਬਿਹਾਰ ਕੀ ਲਏ, ਵਾਹ HRTC ਹਿਮਾਚਲ ਵਾਲੀ ਲਏ, ਜਹਾਂ ਮਰਜ਼ੀ ਕੀ ਲੈ ਲਏ ਉਰਦੇ, ਕੋਈ ਚੱਕਰ ਨਹੀਂ ਹੈ, ਸਾਰੀ ਮੌਜੂਦ ਆ ਉਰਦਾ ਬਾਈ। ਬਾਕੀ ਮਿੱਤਰੋ ਉਹਨੇ ਟੂਲ ਟੈਕਸ ਵੀ ਉੱਠ ਜਾਣੇ ਆ, ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਨਿਤਿਨ ਕਟਕਰੀ ਨੇ ਬਾਈ ਕਹਿ ਰੱਖਿਆ ਵੀ ਟੂਲ ਟੈਕਸ ਖੜਨਾ ਨਹੀਂ ਪੜਨੇਗਾ, ਇੱਕ ਸੈਟੇਲਾਈਟ ਜ਼ਰੀਏ ਬਈ ਟੂਲ ਟੈਕਸ ਖੱਤੇ ਕਰਾਂਗਾ, ਜਿਸ ਤਰ੍ਹਾਂ ਫਸਟ ਟੈਗ ਮਾਲੀ ਆਵਾ ਬਾਈ ਅੜਚਣ ਵੀ ਉਹ ਹਲੀ ਟੈਗ ਚੱਕਦੇ ਨਹੀਂ, ਕਈ ਵਾਰੀ ਬੰਦਿਆਂ ਕੋਲ ਬੰਨ ਹੁੰਦਾ ਹੈ, ਤਾਂ ਉਹ ਮੰਨ ਕੇ ਚਲੋ ਸੈਟੇਲਾਈਟ ਗੱਲ ਵੀ ਕਨੈਕਟ ਹੋ ਜਾਵਾਂਗੇ ਫਸਟ ਟੈਗ, ਤਾਂ ਜਲਦੀ ਕੰਮ ਹੋ ਜਾਏ ਕਰਾਂਗਾ, ਆਪਾਂ ਨੂੰ ਜਿਸ ਤਰ੍ਹਾਂ ਲਾਈਨ ਪਰ ਖੜਨਾ ਪੜਾ ਨਾ ਜੋ ਵੀ ਨਹੀਂ ਖੜਨਾ ਪੜਨੇ ਕਰਨੇਗਾ, ਦੜਾ ਦੜ ਜੇ ਕਰੋ ਗੱਡੀਆਂ ਛੂ ਛੂ ਕਰਦੀ ਬਾਈ, ਬਾਕੀ ਫਿਰ ਮੈਨੂੰ ਔਖੀ ਨਹੀਂ ਹੋ ਜਾਏਗੀ ਯਾਰ ਥੋੜ੍ਹੀ ਜਿਹੀ, ਜਿਸ ਤਰ੍ਹਾਂ ਅੱਜ ਤੋਂ ਬੱਸ ਬੁੱਸ ਰੁਕ ਜਾ ਉਰਾ, ਪਰ ਮਾਰੇ ਬਾ ਹੋਰ ਵੀ ਜ਼ਰੀਏ ਹੈ ਬੱਸ ਰੋਕਣੇ ਗੇ, ਕਿਉਂਕਿ ਨਾ ਅੱਗਾ ਬਾਈ ਚੈੱਕ ਪੋਸਟ ਬੜਾ ਪੰਜਾਬ ਐਂਟਰੀ ਵਾਸਤੇ ਨਾ, ਤਾਂ ਵਾਹਾਂ ਵੀ ਰੁਕਣਾ ਹੀ ਪੜਾ ਸਾਰੀ ਬੱਸਾਂ ਨੂੰ, ਜਾਂ ਸਾਰੇ ਸਾਧਨ ਰੁਕਾ ਹੀ ਚੱਲਾਂ ਮੰਨ ਕੇ ਚਲੋ,
ਬੈਰੀਗੇਡ ਜੇ ਲਾਏ ਹੋਵਾਂ ਨਾ ਵੀ ਹੌਲੀ ਜਾਣਾ ਬੜਾ ਤੋਂ ਬੰਦਾ ਰੋਕ ਲਿਆ ਕੋਈ ਚੱਕਰ ਨਹੀਂ ਹੁੰਦਾ ਹੈ। ਗੁਰੂ ਜਵਾਨ ਸੋਨਾ ਦੀ ਗਾਈ ਗੈਲ ਗੈਲ ਮਿੱਠਾ ਮਿੱਠਾ ਹੰਦਾਰ ਆ ਵੀ ਵੀਡੀਓ ਬਣ ਰਹੀ ਆ ਵਲੋਗ ਬਣ ਰਿਹਾ ਹਾਏ ਮੁੰਡਿਆ ਕਿਆ ਹਾਲ ਚਾਲ ਆ ਹੈਂ ਮੈਨੂੰ ਸਾਡਾ ਕੰਮੋ ਹੀ ਉਹੀ ਆ ਮੇਰਾ ਕਿਹੜਾ ਕੰਮ ਨਹੀਂ ਕੋਈ ਕਹਿ ਰਿਹਾ ਸਾਡਾ ਮੇਰਾ ਕੰਮੋ ਹੀ ਉਹੀ ਆ ਹੈਂ ਗੁਨੂੰ ਆਪਾਂ ਕੱਲ੍ਹ ਕਿਹੜਾ ਟਾਈਟਲ ਪਾਵਾਂਗੇ ਹੈਂ ਟਾਈਟਲ ਕਿਹੜਾ ਪਾਵਾਂਗੇ ਵੀ ਬੈਠਕ ਬਣਨੇ ਕੀ ਦੇਰ ਤੇ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਚਾਚੂ ਕੋ ਟਾਈਟਲ ਪਾ ਦੇਂਗੇ ਇਹ ਵੀਡੀਓ ਦੇਖ ਕੇ ਆਇਆ ਗੁਨੂੰ ਆਪਣੀ ਕੱਲ੍ਹ ਆਪਾਂ ਨੇ ਵੀਡੀਓ ਪਾਈ ਦੇਣਾ ਬੈਠਕ ਕੀ ਫਿਰ ਆ ਗਿਆ ਦੇਖ ਲਿਓ ਕਹਿ ਰਿਹਾ ਮੈਂ ਬੈਠ ਕੇ ਦੇਖ ਆਊਂਗਾ ਗੁਨੂੰ ਵੀ ਜਾਣਾ ਚਾਚੂ ਬਾ ਹੈਂ ਬਾਕੀ ਮਿੱਤਰੋ ਜਿਹੜੀ ਆਪਾਂ ਨੇ ਲਾਸਟ ਵੀਡੀਓ ਪਾਈ ਦੇਣਾ ਰੂਮ ਵਾਲੀ ਉਹ ਗੈਸਟ ਰੂਮ ਗਈ ਵੀ ਕਿਆ ਕਿਆ ਸਾਰਾ ਕੁਛ ਦਿਖਾਇਆ ਤਾ ਬਾਈ ਤਾਂ ਜਿਹੜੇ ਵੀਰਾਂ ਕਹਿੰਦੇ ਸਾਰੇ ਜ਼ਿਆਦਾ ਕਮੈਂਟ ਆਏ ਹੋਏ ਤੇ ਉਹ ਮੈਂ ਤੁਹਾਨੂੰ ਦੱਸ ਦੂੰ ਵੀ ਇਸ ਕੀ ਨਾ ਕੋਸਟ ਪੁੱਛ ਰਹੇ ਤੇ ਬਾਈ ਰੂਮ ਕੀ ਨਾ ਜਿਹੜੀ ਪੀ ਵੀ ਸੀ ਲੱਗੀ ਹੋਈ ਆ ਬਾਈ ਉਸਕੀ ਕੋਸਟ ਪੁੱਛ ਰਹੇ ਤੇ ਬਾਈ ਵੀ ਕਿਆ ਹਿਸਾਬ ਕਿਤਾਬ ਦਾ ਕਿਆ ਨਹੀਂ ਮਿੱਤਰੋ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਇਸਕਾ ਰੂਮ ਸਾਈਜ਼ ਇਤਨਾ ਦਾ 16x20 ਤਾਂ ਬਟ ਉਸਨੂੰ ਕੱਢ ਦਿਉ ਬਾਈ ਤਾਂ 16x16 ਰੂਮ ਸਾਈਜ਼ ਰਹਿ ਜਾਏ ਇਸਕਾ ਬਾਈ ਤਾਂ ਇਸ ਪਰ ਜਿਹੜੀ ਆਪਣੀ ਟੋਟਲ ਕੋਸਟ ਆਈ ਤੀ ਨਾ ਬਾਈ ਪੀ ਵੀ ਸੀ ਕੀ ਉਹ ਆਪਣੀ ਟੋਟਲ ਕੋਸਟ ਆਈ ਤੀ ਬਾਈ 50,000 ਰੁਪਇਆ ਲੈਟਾਂ ਨੂੰ ਛੱਡ ਗਾ ਬਾਈ ਜਿਸਮਾਂ ਦੇ ਬਾਈ ਆਪਣਾ 40,000 ਰੁਪਏ ਦਾ ਸਮਾਨ ਆਇਆ ਤਾ ਲਮਸਮ 37-38,000 ਰੁਪਏ ਦਾ ਆਇਆ ਤਾ 1,000-2,000 ਰੁਪਏ ਦਾ ਉਹਨੂੰ ਬਾਅਦ ਮੈਂ ਸਮਾਨ ਆਇਆ ਤਾ ਔਰ 10-12,000 ਰੁਪਏ ਉਹਨੂੰ ਕੀ ਲੇਬਰ ਬਣੀ ਤੀ ਜੇ ਪੂਰਾ ਨਿਚੋੜ ਕੱਢ ਕੇ ਲਾਵਾਂ ਤਾਂ ਉਹਦੀ 55,000 ਰੁਪਇਆ ਆਪਣਾ ਸਾਰਾ ਲੱਗਿਆ ਬਾਈ ਇਨਕਾ ਕਿਉਂਕਿ ਨਾ ਜਾਲੀਆਂ ਜਿਹੜੀ ਕੱਟੀ ਹੋਈਆਂ ਇਨਕੇ ਲੱਗ ਤਾਂ ਪੈਸੇ ਲੱਗੇ ਤੇ ਦੇਖੋ ਜਿਹੜਾ ਜਡੈਨ ਪੜਿਆ ਹੋਇਆ ਨਾ ਬਾਕੀ ਤਾਂ ਸਾਰਾ ਇਨਕੇ ਬਾਈ 1200 ਰੁਪਏ 1400 ਰੁਪਏ ਅਲੱਗ ਬਣੇ ਦੇ ਇਨਕੇ ਕਟਿੰਗ ਕਟਿੰਗ ਦੇ ਤੋ ਆਪਣਾ ਸਾਰਾ ਬਾਈ 50-55,000 ਰੁਪਇਆ ਖਰਚਾ ਆਇਆ ਤਾ ਇਸਕਾ ਬਾਕੀ ਕਿਰਾਇਆ ਕਰੂਆ ਵੀ ਸਾਰਾ ਲਾ ਲਓ ਵਿੱਚਵਾਂ 55,000 ਰੁਪਇਆ ਪੀ ਵੀ ਸੀ ਦਾ ਖਰਚਾ ਆਇਆ ਤਾ ਇਹ ਤੁਹਾਨੂੰ ਦੱਸ ਦੂੰ ਬਈ ਸ਼ੀਟ ਦਾ ਖਰਚਾ ਕਿਆ ਬੈਠਾ ਤਾ ਆਪਾਂ ਨੂੰ ਬਹੁਤੇ ਵੀਰ ਪੁੱਛਾਂਗੇ ਤੇਰੇ ਇੱਧਰ ਸ਼ੀਟ ਦਾ ਕਿਆ ਖਰਚਾ ਬੈਠਾ ਤਾ ਦੇਖੋ ਵੀਰੋ ਜਿਹੜੀ ਉਹਦਾ ਯੋ ਲੱਗ ਰਹੀ ਆ ਦੀਵਾਰ ਪਾ ਸ਼ੀਟ ਯੋ ਤਾਂ ਹੈਗੀ ਤੀ ਆਪਾਂ ਨੂੰ 200 ਰੁਪਏ ਰੇਟ ਕਰਤਾ 190 ਨੂੰ ਲੱਗੀ ਤੀ ਬਾਈ ਉਹ ਸੁਪਰ ਹੈਵੀ ਆ ਜਿਹੜੀ ਆਪਣੀ ਛੱਤ ਮਾਂ ਲੱਗੀ ਹੋਈ ਆ ਇਸ ਮਾਂ ਹੈਵੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਰਾ ਤਾਂ ਨਿਆਣਿਆਂ ਨੇ ਖੇਡਣਾ ਵੀ ਆ ਜਾਂ ਆਪਾਂ ਨੇ ਵੀ ਟੱਚ ਕਰਨਾ ਤਾਂ ਉਰਾ ਕੁਛ ਨਹੀਂ ਹੁੰਦਾ ਠੰਡ ਮਾਂ ਹੱਥ ਜ਼ਿਆਦਾ ਜ਼ੋਰ ਕੋ ਮਾਰਦੇ ਦੇਖੀ ਕਿਸ ਤਰ੍ਹਾਂ ਹੋ ਗਿਆ ਹੱਥ ਤਾਂ ਇਸ ਮਾਂ ਕੋਈ ਚੱਕਰ ਨਹੀਂ ਹੈ ਬਈ ਨਿਆਣੇ ਨੂਣ ਖੇਡੀ ਜਾਂ ਹਾਂ ਤਿੱਖੀ ਚੀਜ਼ ਨਾ ਵਜਾ ਫਿਰ ਕੋਈ ਚੱਕਰ ਨਹੀਂ ਹੈ ਬਾਕੀ ਜਿਹੜੀ ਉੱਪਰ ਵਾਲੀ ਆ ਉਹ ਆਪਾਂ ਨੂੰ 170 ਕਹਿ ਰਿਹਾ 160 ਰੁਪਏ ਨੂੰ ਲੱਗੀ ਹੋਈ ਆ ਉੱਪਰ ਛੱਤ ਵਾਲੀ ਬਾਈ ਜਡੈਨ ਲਾ ਲਓ ਸਾਰਾ ਕੁਛ ਲਾ ਲਓ ਬਾਕੀ ਜਿਹੜੀ ਯੋ ਵਾਲੀ ਸ਼ੀਟ ਹੋਆ ਬਾਈ ਇੱਕਦਮ ਆ ਲੂਰਲ ਉਹ ਥੋੜ੍ਹੇ ਜਿਹੇ ਬੜੇ ਹੋਵਾਂ ਇਸ 'ਤੇ ਉਹ ਬਈ ਪੜਾ ਆਪਾਂ ਨੂੰ 600 ਰੁਪਏ ਗਈ 5 ਇੰਚੀ ਪਤਾ ਨਹੀਂ 6 ਇੰਚੀ ਮਾਂ ਵਾ ਬਾਈ ਬਾਕੀ ਜਿਹੜੀ ਉਹ ਸ਼ੀਟ ਦੀ ਉਹ ਬਾਈ ਹੈਗੀ ਆ 12 ਇੰਚੀ ਸ਼ੀਟ ਦੀ ਉਹ ਨਹਿ ਸੀਟਾਂ 10 ਇੰਚੀਆਂ ਸਾਰੀ ਨਹਿ 12 ਇੰਚੀ ਸ਼ੀਟ ਦੀ ਬਾਈ ਉਹ ਇਕੱਲੀ 490 ਰੁਪਏ ਦੀ ਇੱਕ ਸ਼ੀਟ ਦੀ ਬਾਈ ਵਾ 190 ਰੁਪਏ ਦੀ ਉਹ 490 ਰੁਪਏ ਦੀ ਇੱਕ ਸ਼ੀਟ ਦੀ ਬਾਈ ਉਹ ਕਿਉਂਕਿ ਲੂਰਲ ਹਵਾ ਇੱਕ ਬਾਈ ਮਜ਼ਬੂਤ ਬਹੁਤ ਹਵਾ ਉਸ 'ਤੇ ਤਾਂ ਕਈ ਜ਼ਿਆਦਾ ਮਜ਼ਬੂਤ ਹਵਾ ਉਸ ਵਾਲੀ ਪੀ ਵੀ ਸੀ ਦੇ ਤਾਂ ਉਹ ਬਹੁਤ ਮਜ਼ਬੂਤ ਹਵਾ ਬਾਕੀ ਉਹ ਜਿਹੜੀ ਲੱਗੀ ਦੀ ਇੱਕ ਯੂ ਵੀ ਸੀਟ ਕਹਿ ਦਿਆਂ ਇਸ ਨੂੰ ਬਾਈ ਯੂ ਵੀ ਸੀਟ ਆਪਣੀ 1800-1700 ਦੇ ਸਟਾਰਟ ਹੋ ਜਾ ਉਹ ਆਪਣੀ 1600 ਪਤਾ ਨਹੀਂ 1700 ਰੁਪਏ ਦੀ ਸ਼ੀਟ ਦੀ ਬਾਈ ਜਿਹੜੀ ਉਹ ਮਾਰਬਲ ਸ਼ੇਡ ਆ ਗਿਆ ਨਾ ਉਹ ਇਕੱਲੀ ਸ਼ੀਟ ਬਾਕੀ ਬਹੁਤੇ ਵੀਰ ਮਾਰਬਲ ਸ਼ੇਡ ਵੀ ਲਗਾ ਲਿਆ ਉਹ ਸਾਰੀ ਮਤਲਬ ਜਿਹੜੇ ਬੈੱਡਾਂ ਵਾਲੇ ਡਿਜ਼ਾਇਨ ਆਪਾਂ ਪਿੱਛੇ ਵੀ ਲਾ ਸਕਾਂ ਡਿਜ਼ਾਇਨ ਬਣਾ ਸਕਾਂ ਆਪਾਂ ਨੂੰ ਲੋੜ ਨਹੀਂ ਦੀ ਕਿਉਂਕਿ ਆਪਣਾ ਕੋਈ ਕੰਸੈਪਟ ਪਤਾ ਨਹੀਂ ਦਾ ਬਾਈ
ਕਿਉਂਕਿ ਜੇ ਬੈੱਡਰੂਮ ਹੁੰਦਾ ਫਿਰ ਤਾਂ ਆਪਾਂ ਬਾਹਰ ਪਿੱਛਾ ਲਵਾਉਂਦੇ, ਇਸ ਵਾਰ ਨਿਊ ਕਈ ਵਾਰੀ ਬੈੱਡ ਇੱਧਰ ਲਾਉਣੇ ਪੜ ਗਏ ਜਾਂ ਇੱਧਰ ਲਾਉਣੇ ਪੜ ਗਏ, ਤੋ ਇਸ ਕਰਕੇ ਮੁਸ਼ਕਿਲ ਆ ਜਾਏਗੀ, ਆਪਾਂ ਨੇ ਵਾਹ ਲਾਏ ਨਹੀਂ ਸੀ ਪਿੱਛਾ। ਬਾਕੀ ਯੋਲੂ ਦੱਸ ਦੂੰਗਾ ਜਿਹੜਾ ਸਾਰੀ ਟੋਟਲ ਖਰਚਾ ਵੀ ਦੱਸ ਦਿਆ। ਬਾਕੀ ਪੀ ਵੀ ਸੀ ਜਿਹੜੀ 190 ਰੁਪਏ, ਹੱਦ ਦੇ ਵੱਧ 200 ਰੁਪਏ ਤੁਹਾਨੂੰ ਲਾ ਦੇਗਾ, ਉੱਪਰਲੀ ਸਾਰੀ 160 ਨੂੰ, ਬਸ 170 ਨੂੰ ਆ ਜਾਏਗੀ। ਬਾਕੀ ਉਹ ਥੋੜ੍ਹੇ ਜਿਹੇ ਮਹਿੰਗੇ ਆ, ਜੋ ਬਸ ਇੱਕ ਲੁੱਕ ਵਾਸਤੇ ਆਪਾਂ ਨੂੰ ਚਾਹੀਦਾ ਤਾ, ਕਿਉਂਕਿ ਜੇ ਲੱਕੜੀ ਦਾ ਬਣਾਉਂਦੇ ਆ ਤਾਂ ਆਪਣਾ ਉਈ 30-40 ਹਜ਼ਾਰ ਰੁਪਏ ਲੱਗ ਜਾ ਯਾਰ ਉਹ ਬਣਾਉਣ ਵਾਸਤੇ, ਪੈਨਲ ਬਣਾਉਣ ਵਾਸਤੇ ਨਾ। ਤਾਂ ਮੈਨੇ ਸੋਚਿਆ ਮੈਂ ਇਸ ਨੂੰ ਵਧੀਆ ਬਣਾਉਂਦੇ ਹਾਂ ਤਾਂ ਜੋ ਵਧੀਆ ਲੱਗਾ। ਬਾਕੀ ਪੀ ਵੀ ਸੀ ਦਾ ਡਿਜ਼ਾਇਨ ਡਿਜੂਨ ਕੇ ਆਪਣਾ ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਕਰ ਲਈਓ, ਇਹਨਾਂ ਮੈਂ ਕੁਛ ਨਹੀਂ ਦਾ। ਲੈਂਪ ਦੇਖੋ ਕਿਸ ਤਰ੍ਹਾਂ ਡੱਬੇ ਬਣਾਏ, ਕੋਈ ਪੀ ਵੀ ਸੀ ਕਰਨ ਵਾਲਾ ਨਾ ਵਧੀਆ ਬੰਦਾ ਦੇਖ ਲਿਓ, ਜਿਹੜੇ ਆਪਣੇ ਡਿਜ਼ਾਇਨ ਵਧੀਆ ਬਣਾ ਲਏ ਆ ਤਾਂ ਓਕੇ ਰਿਪੋਰਟ ਕੰਮ ਹੋ ਜਾਵੇਗਾ। ਘਰਾਂ ਦੇ ਕੁਛ ਸੋਚਾਂ, ਜਦ ਆਪਾਂ ਮਿਸਤਰੀ ਲਾਵਾਂ ਕੁਛ ਹੋਰ ਵਾ, ਬਟ ਜਦ ਬਣਾ ਲੱਗਣਾ ਸਾਰਾ ਕੁਛ ਕਰਨ ਲੱਗਾ ਤਾਂ ਬਹੁਤ ਮਹਿੰਗਾ ਵੜਦਾ ਬਾਈ, 3-3.5 ਲੱਖ ਰੁਪਏ ਦਾ ਇਕੱਲੇ ਮਿਸਤਰੀ ਦੀ ਲੇਬਰ ਬਣੀ ਹੋਈ ਆ। ਤੋ ਇਸ ਕਰਕੇ ਬਾਈ ਰੱਖਾ ਬਾਈ ਦੇਖ ਕੇ ਹੱਥ ਪਾਓ ਮਿਸਤਰੀ ਨੂੰ, ਕਿਉਂਕਿ ਆਪਣਾ ਮੈਨੇ ਜਿਹੜਾ ਮਾਰਾ ਅੰਦਾਜ਼ਾ ਤਾਂ ਬਾਈ ਜ਼ਿਆਦਾ ਜ਼ਿਆਦਾ ਮਾਰਾ, ਉਹ ਤਾਂ ਬਾਈ ਉੱਪਰ ਲੈਂਟਰ ਲੂੰਟਰ ਪਾਵਾਂ ਕਿੰਨਾ ਗਾ, ਮੈਨੂੰ 9-10 ਲੱਖ ਦੀ ਉਮੀਦ ਤੀ ਬਾਈ। ਬਟ ਜਦ ਕੰਮ ਕਰਨ ਲੱਗਾ ਫਿਰ ਉਹ ਵੀ ਕਰਦੇ ਮਿਸਤਰੀ, ਉਹ ਵੀ ਕਰਦੇ, ਜੋ ਵੀ ਕਰਦੇ, ਇਸ ਤਰ੍ਹਾਂ ਕਰਦੇ ਬਾਈ, ਕਹਾਣੀ ਬਹੁਤ ਦੂਰ ਤੱਕ ਪਹੁੰਚ ਜਾ। ਤੋ ਇਸ ਕਰਕੇ ਇੰਨਾ ਕੁ ਬਾਈ ਤੁਹਾਨੂੰ ਦੱਸ ਰਹੀ ਹੈ। ਬਾਕੀ ਜਿਹੜੀ ਆਪਣੀ ਟੈਲਾਂ ਆਈ ਦੀ ਬਾਈ, ਟੈਲਾਂ ਕਾ ਵੀ ਦੱਸੋ ਦੂੰਗਾ, ਜਿਹੜੀ ਟੈਲਾਂ ਆਈ ਦੀ 2x4 ਕੇ ਆਈ ਦੀ ਜਾਂ ਉਸ ਤਰ੍ਹਾਂ ਦੀ ਬਾਈ, 30-32 ਰੁਪਏ ਰੇਟ ਚੱਲ ਰਿਹਾ ਬਾਈ ਇਨਕਾ, ਕੋਈ ਜ਼ਿਆਦਾ ਨਹੀਂ ਹੈ। ਇਹ ਤੋਂ ਰੇਟ ਟੁੱਟ ਰਿਹਾ ਟੈਲਾਂ, ਕਿਉਂਕਿ ਪਹਿਲਾਂ ਪਿੱਛੇ ਜੀ ਬਾਈ ਉੱਧਰ ਲਵਾਈ ਦੀ ਵੀ ਜਦ 35 ਰੁਪਏ ਰੇਟ ਤਾਂ ਇਨਕਾ, ਬਟ 30-32 ਰੁਪਏ ਇਨਕਾ ਰੇਟ ਚੱਲ ਰਿਹਾ ਬਾਈ। 2x4 ਲੈ ਲਓ ਜਾਂ 2x2 ਲੈ ਲਓ, ਕੋਈ ਚੱਕਰ ਨਹੀਂ ਹੈ। ਬਾਕੀ ਹੋਰ ਆਪਾਂ ਨੇ ਜਿਹੜਾ ਮਿਸਤਰੀ ਫੁੱਟਾਂ ਦੇ ਹਿਸਾਬ 'ਤੇ ਕਰ ਰੱਖਿਆ ਤਾ, ਉਹ 150 ਰੁਪਏ ਫੁੱਟ ਦਾ ਆਪਣੇ ਉਹ ਬਾਈ, 145 ਰੁਪਏ ਫੁੱਟ ਨੂੰ ਲੱਗਿਆ ਹੋਇਆ ਤਾ ਰਾਜ ਮਿਸਤਰੀ ਜਿਹੜਾ ਕੰਮ ਕਰ ਰਿਹਾ ਤਾ, 145 ਰੁਪਏ ਫੁੱਟ ਨੂੰ ਦਾ। ਮਗਰ ਜਿਹੜੀ ਮਤਲਬ ਸਾਰਾ ਕੁਛ ਕੁਛ ਉਹ ਤਾਂ ਬਾਈ ਲੈਂਟਰ ਪਾ ਕੇ ਦੇਣਾ, ਲੈਂਟਰ ਤੋਂ ਆਪਣਾ ਤਾਂ ਖਰਚਾ, ਮਤਲਬ ਜੋ ਵਾਲ ਹੈਗਾ ਸੈਟਰਿੰਗ ਉਸਕੀ ਦੀ, ਲੈਂਟਰ ਪਾ ਕਾ ਔਰ ਕੰਧਾਂ ਚਿਣਾਈ ਕਰਕਾ, ਤਲਾ ਮੈਂ ਕਰਕਾ, ਨਿਊਆਂ ਖੋਦਗਾ, ਲਪਾਈ ਕਰਕਾ, ਸਾਰਾ ਕੁਛ ਦੇਣਾ ਤਾ ਬਾਈ ਉਸਨੇ ਆਪਾਂ ਨੂੰ, ਮਤਲਬ ਲਪਾਈ ਕਰਕਾ ਦੇਣੀ ਦੀ, ਲੈਂਟਰ ਕੀ ਲਪਾਈ ਹੁੰਦੀ ਨਹੀਂ ਕਿਉਂਕਿ ਤੁਹਾਨੂੰ ਪਤਾ ਪਲੇਟਾਂ ਵਾਲਾ ਹੋਆ। ਬਾਕੀ ਪੈਲ ਪੂੜ ਆਪਣਾ ਕੁਛ ਨਹੀਂ ਦਾ, ਆਪਣਾ 145 ਰੁਪਏ ਨੂੰ ਠੇਕਾ ਦਾ ਉਸਨੇ ਕਾ ਸਾਰਾ ਕੁਛ ਦਾ। ਬਾਕੀ ਮਟੀਰੀਅਲ ਮਾਰਾ ਤਾ ਬਾਈ, ਜੋ ਵੀ ਸਰੀਆ ਪਰੀਆ ਰੇਤਾ ਸਮਿੰਟ ਉਹ ਆਪਣਾ ਦਾ ਬਾਈ, ਇਹ ਕੁਛ ਕੁ ਆਪਣਾ ਕੋਸਟ ਪੜੀ ਜੀ ਬਾਈ। ਤਾਂ ਥਰ ਸਾਰੇ ਬਜਾਂਗੇ ਮੈਸੇਜ ਆ ਰਹੇ ਤਾਂ ਦੱਸਣਾ ਚਾਹਤਾ, ਮੈਂ ਦੱਸਣਾ ਨਹੀਂ ਚਾਹਤਾ। ਕਈ ਵਾਰੀ ਬੰਦਾ ਨਾ ਇਸ ਚੀਜ਼ ਦਾ ਗਲਤ ਅੰਦਾਜ਼ਾ ਲਾ ਲਿਆ, ਅਗਲਾ ਕਹਦੇ ਯਾਰ ਪਤਾ ਨਹੀਂ ਕਿਆ ਫੂਕਰੀ ਮਾਰ ਰਿਹਾ ਪੈਸੇ ਦੱਸ ਗਾ ਮੈਨੂੰ, ਤਾਂ ਮੈਂ ਦੱਸਣਾ ਚਾਹਤਾ ਫਿਰ ਜਦ ਬਾਈਆਂ ਕੇ ਮੈਸੇਜ ਆਏ, ਕਿਉਂਕਿ ਇਸ 'ਤੇ ਇੱਕ ਆਪਾਂ ਨੂੰ ਆਈਡੀਆ ਜਿਹਾ ਹੋ ਜਾ ਬਈ ਆਪਾਂ ਨੇ ਜਗ੍ਹਾ ਛੇੜਨੀ ਆ ਜਾਂ ਕੁਛ ਕਰਨਾ ਵੀ ਇੰਨਾ ਕੁ ਪੈਸਾ ਆਪਾਂ ਨੂੰ ਚਾਹੀਦਾ ਜੋ ਵੀ ਹੈ ਬਾਈ। ਬਾਕੀ ਹੋਰ ਵੀ ਕੋਈ ਚੀਜ਼ ਪੁੱਛਣੀ ਹੋਈ ਤਾਂ ਆਪਾਂ ਨੂੰ ਬਾਈ ਜ਼ਰੂਰ ਕਮੈਂਟ ਕਰ ਲਿਓ, ਸਾਰਾ ਕੁਛ ਤੁਹਾਨੂੰ ਜੋ ਵੀ ਹੋਇਆ ਸਾਰਾ ਕੁਛ ਦੱਸ ਦੂੰਗਾ ਬਾਈ। ਬਾਕੀ ਮਿੱਤਰੋ ਅੱਜ ਦੀ ਵੀਡੀਓ ਆਪਾਂ ਸਮਾਪਤੀ ਕਰਾਂ, ਕੱਲ੍ਹ ਵੀ ਅਸੀਂ ਵੀਡੀਓ ਬੈਠਾ ਸਮਾਪਤੀ ਕਰੀ ਤੀ। ਬਾਕੀ ਮਿੱਤਰੋ ਥਾਨੇ ਰੂਮ ਗਈ ਜਿਹੜੀ ਵੀਡੀਓ ਪਾਈ, ਸਾਰਿਆਂ ਨੇ ਆਲਮੋਸਟ ਕਮੈਂਟ ਵਧੀਆ ਕਰਕੇ ਕਹਿ ਰਿਹਾ ਬਾਈ ਬਹੁਤ ਵਧੀਆ ਬਣ ਗਿਆ ਬਾਈ, ਰੀਝ ਲਾਈ ਹੋਈ ਦੀ ਪੈਸਾ ਲੱਗਿਆ ਪਰ ਚੀਜ਼ ਬਣ ਗਈ, ਇਸ ਬਾਤ ਦਾ ਬਹੁਤ ਸੰਤੁਸ਼ਟੀ ਆ। ਬਾਕੀ ਮਿੱਤਰੋ ਅੱਜ ਦੀ ਵੀਡੀਓ ਪਾਈ ਸਮਾਪਤੀ ਕਰਾਂ, ਵੀਡੀਓ ਬਦਲ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ, ਥੈਂਕ ਯੂ।